अपने स्वार्थों के लिए काली जाके कांग्रेस के विच रल जांदे ने, कांग्रेस वाले जाके कालियां के विच रल जांदे ने, झाड़ू वाले कोई किसी का जाके गल सड़ पल्लू जा पवा लैंदा, कोई किसी का जाके गल सड़ पल्लू पवा लैंदा है। अज तक इको ही पंजाब का लीडर है, इको ही नतारक योधा सरदार सिमरजीत सिंह जी माण, मैनू माण महसूस हो रहा है। अज मैं उन्होंने नाल उन्होंने चोर कंपेन कर रहा है, इको एक योधा सरदार सिमरजीत सिंह जी माण जिहड़ा अपने पैर से खड़े रहे ने, जिन्होंने बोले साडे गुरु गोबिंद सिंह जी की बरसी दास सिंह ते कौर है, उहदे सरदार सिमरजीत सिंह जी माण का साथ दे दो। बेशक मैं पटता मेरे बाल नहीं रखे, मेरे दाढ़ी नहीं रखी हुई, पर मैं मेरा रोज का 5:30-6 बजे का टाइम नितनेम करे तो बिना मैं बाहर नहीं निकलता। बन के नीलिया पग्गा उही बादला चोरां दे नाल तुरे फिरदा यार भाई, अपने लिए लख लानत है। गल करदे ने गे मीडिया गल करता है कि सरदार सिमरजीत सिंह माण सिखां दी गल करता है, सिखां दी गल तां करता क्योंकि सब तो वध हमले ही सिखां ते होए ने। ਜਿਹੜੀ ਪੰਜਾਬ ਦੀ ਗੱਲ ਕਰਦੇ ਸੀਗੇ, ਅੱਧੇ ਤੋਂ ਵੱਧ ਜਿਹੜੇ ਪੰਜਾਬ ਦੇ ਲੀਡਰ ਨੇਗੇ ਉਹ ਈਡੀਆਂ ਦੇ ਸਾਪੇ ਤੋਂ ਡਰਦੇ ਹੋਏ, ਈਡੀਆਂ ਦੇ ਸਾਪੇ ਤੋਂ ਡਰਦੇ ਹੋਏ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਕਈ ਕਿਸਾਨੀ ਅੰਦੋਲਨ ਦੇ ਵਿੱਚ ਚਿਹਰੇ ਸੀਗੇ ਜਿਨ੍ਹਾਂ ਨੇ ਵਧੀਆ ਰੋਲ ਉੱਥੇ ਨਿਭਾਇਆ, ਉਹ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ। ਛੋਟੇ ਛੋਟੇ ਈਡੀਆਂ ਤੋਂ ਡਰਦੇ ਹੋਏ ਆਪਣੇ ਸਵਾਰਥਾਂ ਦੇ ਲਈ ਕਾਲੀ ਜਾ ਕੇ ਕਾਂਗਰਸ ਦੇ ਵਿੱਚ ਰਲ ਜਾਂਦੇ ਨੇ, ਕਾਂਗਰਸ ਵਾਲੇ ਜਾ ਕੇ ਕਾਲੀਆਂ ਦੇ ਵਿੱਚ ਰਲ ਜਾਂਦੇ ਨੇ, ਝਾੜੂ ਵਾਲੇ ਕੋਈ ਕਿਸੇ ਦਾ ਜਾ ਕੇ ਗੱਲ ਸੜ ਪੱਲੂ ਜਾ ਪਵਾ ਲੈਂਦਾ, ਕੋਈ ਕਿਸੇ ਦਾ ਜਾ ਕੇ ਗੱਲ ਸੜ ਪੱਲੂ ਪਵਾ ਲੈਂਦਾ ਹੈ। ਪਰ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੇ ਅਸੀਂ ਇਹ ਨਹੀਂ ਸੋਚਿਆ ਕਿ ਜਿਹੜੀ ਇਹ ਪਾਰਟੀਆਂ ਦੀ ਅਦਲਾ ਬਦਲੀ ਹੋ ਰਹੀ ਹੈ ਕਿ ਸਾਡੇ ਵਿਕਾਸ ਲਈ ਜਾਂ ਸਾਡੇ ਲੋਕਾਂ ਲਈ ਇਹ ਅਦਲਾ ਬਦਲੀ ਕਰ ਰਹੇ ਨੇ, ਪਾਰਟੀ ਦੇ ਵਿੱਚ ਜਾ ਰਹੇ ਨੇ ਆਪਣੇ ਨਿੱਜੀ ਹਿੱਤਾਂ ਲਈ, ਆਪਣੇ ਨਿੱਜੀ ਸਵਾਰਥਾਂ ਲਈ ਕੇਂਦਰ ਸਰਕਾਰ ਦੇ ਈਡੀਆਂ ਨੂੰ ਸਾਪਿਆਂ ਤੋਂ ਡਰਦੇ ਹੋਏ ਜਿਹੜੀਆਂ ਉਹ ਪਾਰਟੀਆਂ ਬਦਲ ਰਹੇ ਨੇ, ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਇੰਨਾ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁਸੁੱਟਿਆ, ਪੰਜਾਬ ਦੇ ਵਿੱਚ ਇੰਨੀ ਕਰਪਸ਼ਨ ਕੀਤੀ ਹੈ, ਇੰਨਾ ਜ਼ਿਆਦਾ ਪੈਸਾ ਇਕੱਠਾ ਕੀਤਾ ਹੈ। ਜਦੋਂ ਮਾੜੀ ਜੀ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਧਮਕੀ ਆਉਂਦੀ ਹੈ ਉਹਦੀ ਜਾ ਕੇ ਭਾਜਪਾ ਜੁਆਇਨ ਕਰ ਲੈਂਦੇ ਨੇਗੇ। ਪਿੰਡਾਂ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਪੁੱਛਦੇ ਆ, ਲੋਕ ਇਹੀ ਸਵਾਲ ਮੂਹਰੋਂ ਕਰਦੇ ਨੇ ਕਿ ਤੁਸੀਂ ਜਿਹੜੇ ਅੱਜ ਤੱਕ ਜਿਹਨਾਂ ਨੂੰ ਅਸੀਂ ਵੋਟਾਂ ਪਾਈਆਂ ਨੇ ਅੱਜ ਤੱਕ ਸਟੈਂਡ ਤੇ ਨੀ ਖੜੇ, ਵਿਕ ਗਏ, ਉਹ ਵਿਕ ਗਏ ਸਾਡੇ ਲੋਕ। ਪਰ ਮੈਂ ਤੁਹਾਨੂੰ ਇੱਕ ਗੱਲ ਲੋਕਾਂ ਨੂੰ, ਪਿੰਡਾਂ ਵਾਲੇ ਲੋਕਾਂ ਨੂੰ ਸਵਾਲ ਪੁੱਛਣਾ ਚਾਹੁੰਦਾ, ਮੇਰੇ ਭੈਣ ਭਰਾਵਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ, ਜਿਹੜਾ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਾਡੇ ਲੀਡਰ ਵਿਕ ਜਾਂਦੇ ਨੇਗੇ, ਪਰ ਜਿਹੜੇ ਅੱਜ ਤੱਕ ਸਟੈਂਡ ਤੇ ਖੜੇ ਰਹੇ ਨੇ, ਕੀ ਤੁਸੀਂ ਉਹਨਾਂ ਨੇ, ਕੀ ਤੁਸੀਂ ਉਹਨਾਂ ਦਾ ਸਾਥ ਦਿੱਤਾ? ਅੱਜ ਤੱਕ ਇੱਕੋ ਹੀ ਪੰਜਾਬ ਦਾ ਲੀਡਰ ਹੈ, ਇੱਕੋ ਹੀ ਨਤਾਰਕ ਯੋਧਾ ਸਰਦਾਰ ਸਿਮਰਜੀਤ ਸਿੰਘ ਜੀ ਮਾਣ, ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅੱਜ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਚੋਰ ਕੰਪੇਨ ਕਰ ਰਿਹਾ, ਇੱਕੋ ਇੱਕ ਯੋਧਾ ਸਰਦਾਰ ਸਿਮਰਜੀਤ ਸਿੰਘ ਜੀ ਮਾਣ ਜਿਹੜਾ ਆਪਣੇ ਸਟੈਂਡ ਤੇ ਖੜੇ ਰਹੇ ਨੇ। ਅੱਜ ਤੱਕ ਕੋਈ ਵੀ ਰਾਜਨੀਤਿਕ ਲੀਡਰ ਆਪਣੇ ਸਟੈਂਡ ਤੇ ਨਹੀਂ ਖੜਾ, ਆਪਣੇ ਪਰਿਵਾਰਵਾਦ ਲਈ, ਆਪਣੇ ਨਿੱਜੀ ਹਿੱਤਾਂ ਲਈ ਉਹਦੀ ਜਾ ਕੇ ਦੂਜੀਆਂ ਪਾਰਟੀਆਂ ਜੁਆਇਨ ਕਰ ਲੈਂਦੇ ਨੇ। ਸਰਦਾਰ ਸਿਮਰਜੀਤ ਸਿੰਘ ਜੀ ਮਾਣ ਇੱਕੋ ਇੱਕ ਯੋਧੇ ਨੇ ਜਿਹੜੇ ਆਪਣੇ ਸਟੈਂਡ ਤੇ ਖੜੇ ਨੇਗੇ। ਇਹ ਗੱਲ ਪੰਜਾਬ ਦੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ, ਖਾਸ ਕਰਕੇ ਆਪਾਂ ਨੂੰ ਸਿੱਖ ਕੌਮ ਨੂੰ ਸਮਝ ਲੈਣੀ ਚਾਹੀਦੀ ਹੈ ਇਹ ਗੱਲ ਕਿ ਜਿਹੜਾ ਵੀ ਲੀਡਰ ਦਿੱਲੀ ਤੋਂ ਚੱਲਿਆ ਹੋਇਆ ਲੀਡਰ, ਜਿਹੜਾ ਵੀ ਸੈਂਟਰ ਦੇ ਵਿੱਚੋਂ ਨਿਕਲਿਆ ਹੋਇਆ ਲੀਡਰ ਸਾਡੇ ਪੰਜਾਬ ਦਾ ਉਹ ਕਦੇ ਭਲਾ ਨਹੀਂ ਕਰ ਸਕਦਾ, ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇਗੇ, ਜਿਹੜਾ ਪੰਜਾਬ ਹੈ, ਪੰਜਾਬ ਕੋਲ ਕੁਦਰਤੀ ਪਾਣੀ, ਕੁਦਰਤੀ ਮਿੱਟੀ, ਕੁਦਰਤੀ ਹਵਾ, ਉਹ ਹੋਰ ਸਟੇਟਾਂ ਕੋਲ, ਹੋਰ ਰਾਜਾਂ ਕੋਲ ਹੈ ਨਹੀਂ। ਜਿਹੜੇ ਪੰਜਾਬ ਦੇ ਅਣਖੀਲੇ ਯੋਧੇ ਸੂਰਬੀਰ ਨੇ ਉਹ ਕਿਸੇ ਸੈਂਟਰ ਕੋਲ ਜਾਂ ਹੋਰ ਸਟੇਟਾਂ ਦੇ ਵਿੱਚ ਹੈ ਨਹੀਂਗੇ, ਕਿਉਂਕਿ ਦਿੱਲੀ ਦੀ ਹਮੇਸ਼ਾ ਪੰਜਾਬ ਤੇ ਅੱਕ ਰਹੀ ਹੈ ਕਿ ਇਹਨਾਂ ਨੂੰ ਦੱਬਿਆ ਕੁਚਲਿਆ ਜਾਵੇ, ਜਿਹੜੀ ਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਣ ਘੱਟ ਗਿਣਤੀ ਦੇ ਲੋਕਾਂ ਦੀ ਗੱਲ ਕਰਦੇ ਨੇਗੇ, ਘੱਟ ਸੰਖਿਆ ਦੀ ਗੱਲ ਕਰਦੇ ਨੇਗੇ, ਪਰ ਸਾਡੇ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਈ। ਮੈਨੂੰ ਇਹ ਗੱਲ ਦੱਸੋ ਵੀ ਜਿੰਨੇ ਵੀ ਅੱਜ ਤੱਕ ਜਿੰਨੀਆਂ ਵੀ ਅੱਜ ਪਾਰਟੀਆਂ ਇੱਥੇ ਚੋਣ ਲੜ ਰਹੀਆਂ ਨੇਗੀਆਂ, ਕਿਹੜਾ ਦਿੱਲੀ ਦੇ ਅੱਗੇ ਜਾ ਕੇ ਨਹੀਂ ਝੁਕਦਾ? ਸਭ ਦਿੱਲੀ ਅੱਗੇ ਜਾ ਕੇ ਬੁਕੇ ਨੇ। ਬਾਦਲਾਂ ਦੀ ਗੱਲ ਕਰ ਲਈਏ, ਚਲੋ ਹੋਰ ਤਾਂ ਗੱਲਾਂ ਮੈਂ ਕਰਨਾ ਨਹੀਂ ਚਾਹੁੰਦਾ, ਜੇ ਮੈਂ ਇਕੱਲੀ ਕਿਸਾਨੀ ਦੀ ਗੱਲ ਕਰ ਲਾਂ, ਜਿਹੜੇ 3 ਕਾਨੂੰਨ ਆਏ ਸੀਗੇ, 3 ਕਾਨੂੰਨਾਂ ਦਾ ਬੜਾ ਪੱਖ ਪੂਰਿਆ ਕਿ 3 ਜਿਹੜੇ ਕਾਨੂੰਨ ਨੇਗੇ ਬੜੇ ਚੰਗੇ ਨੇਗੇ। ਜਦੋਂ ਇਕੱਲਾ ਬੱਚਾ ਨਿਕਲ ਕੇ ਸੜਕਾਂ ਤੇ ਆ ਗਿਆ, ਵੀਡੀਓ ਅਖਬਾਰਾਂ ਤੇ ਤੁਸੀਂ ਦੇਖਿਆ ਹੀ ਹੋਣਾ ਕਿ ਸਾਰਾ ਪਰਿਵਾਰ ਉਹ 3 ਕਾਨੂੰਨਾਂ ਦਾ ਸਮਰਥਨ ਕਰ ਰਿਹਾ ਸੀਗਾ। ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿ ਕਾਨੂੰਨ ਹੀ ਬਾਹਲੇ ਮਾੜੇ ਨੇਗੇ, ਫੇਰ ਜਾ ਕੇ ਲੋਕ ਸਭਾ ਦੇ ਮੂਹਰੇ ਖੜੇ ਰਹੇ, ਉੱਥੇ ਫੱਟੀਆਂ ਚੱਕ ਕੇ, ਕਿਤੇ ਹਰਸਿਮਰਤ ਕਰਦਿਆ ਕਰੇ, ਕਿਤੇ ਸੁਖਬੀਰ ਬਾਦਲ ਕਰਦਿਆ ਕਰੇ, ਇਹ ਤਾਂ ਕਾਨੂੰਨ ਹੀ ਬਾਹਲੇ ਮਾੜੇ ਨੇਗੇ। ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਕਦੋਂ ਸਮਝ ਆਊਗੀ ਇਹ ਗੱਲ ਕਿ ਇਹਨਾਂ ਦੀ ਹਜੇ ਵੀ ਉਹਨਾਂ ਦੇ ਨਾਲ, ਹਜੇ ਵੀ ਭਾਜਪਾ ਦੇ ਨਾਲ ਉਹਨਾਂ ਦਾ ਗੱਠਜੋੜ ਹੈ, ਹਜੇ ਵੀ ਉਹੀ ਨੇਗੇ? ਉਹ ਤੁਹਾਨੂੰ ਐਵੇਂ ਲੱਗਦਾ ਕਿ ਬਾਦਲ ਸਾਡੀ ਗੱਲ ਕਰ ਰਹੇ ਨੇ? ਸਾਡੀ ਸਿੱਖਾਂ ਦੀ ਰਾਜਧਾਨੀ ਅਕਾਲ ਤਖ਼ਤ ਸਾਹਿਬ, ਸਾਡੀ ਸਿੱਖਾਂ ਦੀ ਸਭ ਤੋਂ ਸਰਮੋਰ ਸੰਸਥਾ ਸ਼੍ਰੋਮਣੀ ਕਮੇਟੀ, ਉਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਬਣਾ ਕੇ ਰੱਖਤੀ, ਤਾਂ ਜੇ ਉਸ ਨੂੰ ਆਜ਼ਾਦ ਕਰਾਉਣ ਦੀ ਗੱਲ ਕਰ ਰਹੇ ਨੇ, ਸਰਦਾਰ ਸਿਮਰਜੀਤ ਸਿੰਘ ਜੀ ਮਾਣ ਗੱਲ ਕਰ ਰਹੇ ਨੇਗੇ ਕਿ ਸਭ ਤੋਂ ਪਹਿਲਾਂ
जे तुसी मैनू जिता के विधानसभा दे विच भेज दो, मैं काल तख्त साहब ते श्रोमणी कमेटी नू याद कराउणा। अज काल तख्त साहब दा जहेदार ओही इक ओही पार्टी प्राइवेट पार्टी दा प्रचार कर रहा है, पर साडे लोकां नू समझ कदों आऊगी? मैं होर तां चलो छड्डो यार, जिन्हां दे पिछे सिंह ते कौर लगदा, जिन्हां दे पिछे साडे गुरु गोबिंद सिंह जी दी बख्शी दास सिंह ते कौर है, उहदा सरदार सिमरजीत सिंह जी मान दा साथ दे दो। बेशक मैं पत तां मेरे बाल नहीं रखे, मेरे दाढ़ी रखी हुई, पर मैं मेरा रोज का 5:30 बजे 6 बजे का टाइम हम नित नेम करे तो बिना मैं बाहर नहीं निकलता। इतने बन के नीलिया पगां उही बादलां चोरां दे नाल तुरे फिरदे यार भाई, अपने लिए लख लानता साडे ते जिहड़े सब तो वध साडी कौम दे लई आवाज उठाई है, सारी उमर कौम दे लेखे लाती सी, उहदा साथ नहीं दे सके यार। अभी सरदार सिमरजीत सिंह मान का साथ नहीं दे सके, अपनी कौम दे लई सारी उम्र जेलां दे विच निगा ली, उंगलां दे नौ चक्कर पटारे, असीं उन्हां दा साथ नहीं दे सके, असीं उन्हां दा साथ नहीं दे सके। साडे लख लानता जिहदे पिछे सिंह ते कौर लगदा। गल करदे ने कि मीडिया गल करदा कि सरदार सिमरजीत सिंह मान सिखां दी गल करदा, सिखां दी गल तां करदा क्योंकि सब तो वध हमले ही सिखां ते होए ने, सब तो वध दब्बा कुचला ही सिखां नूं गया, तां सरदार सिमरजीत सिंह जी मान गल सिखां दी गल करदे ने, क्योंकि साडी गुरबाणी सानू साडी गुरु साहिबां दा फलसफा सिखाउंदा कि असीं हिंदुआं दी भी रक्षा कीती है, असीं मुसलमानां दी भी रक्षा कीती है। सरदार सिमरजीत सिंह जी मान ने ईसाईआं दी भी गलबात कीती है, सारियां घट गिणतीआं दी सरदार सिमरजीत सिंह जी मान ने गलबात कीती है। इह मीडिया सवाल करदा हुंदा कि तुसीं सब तों वध सिखां दी गल करदे हो, सरदार सिमरजीत सिंह जी मान ने तुसीं पुरानियां स्पीचां कढ के यूट्यूब ते वेखो कि किवें लोक सभा दे विच छोटे जिहड़े 84 दा कांड होया उहदी किवें सरदार सिमरजीत सिंह जी मान गल कर रहे ने। ਸਾਰਿਆਂ ਦੇ ਕੋਲੇ ਹੱਥਾਂ ਦੇ ਵਿੱਚ ਫੋਨ ਨੇ, ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੀ ਦੀ ਉਹ ਸਪੀਚ ਕੱਢ ਕੇ ਦੇਖਿਓ, ਜੇ ਤੁਸੀਂ ਤੁਹਾਡਾ ਨਾਂ ਤੁਹਾਡੇ ਵਿੱਚ ਬਦਲਾ ਆ ਜੇ ਤਾਂ ਤੁਸੀਂ ਮੈਨੂੰ ਭਾਣਾ ਸਿੱਧੂ ਨਾ ਕਿਹੋ। ਸਭ ਤੋਂ ਵੱਧ ਆਪਣੀ ਕੌਮ ਦੀ ਜਿਹੜਾ ਸਾਡਾ 84 ਦਾ ਕਾਂਡ ਹੋਇਆ ਉਹਦੀ ਸਭ ਤੋਂ ਵੱਧ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੇ ਅੱਜ ਤੱਕ ਜੇ ਠੋਕ ਵਜਾ ਕੇ ਗੱਲ ਕੀਤੀ ਹੈ ਉਸ ਲੋਕ ਸਭਾ ਦੇ ਵਿੱਚ ਤਾਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੇ ਗੱਲ ਕੀਤੀ ਹੈ। ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਡਿਟੇਲ ਦੇ ਵਿੱਚ ਸਾਡਾ ਜਿਹੜਾ ਸਾਡੇ ਨਾਲ ਜੋ ਹੋਇਆ ਧੱਕਾ ਉਹਦੀ ਕਿਸੇ ਨੇ ਗੱਲ ਨਹੀਂ ਕੀਤੀ। ਇਸ ਕਰਕੇ ਵੀਰੋ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਇਆ, ਮੈਨੂੰ ਉਮੀਦ ਹੈ ਇੱਥੇ ਜਿਹੜੀ ਸਾਰੇ ਤੁਸੀਂ ਜਾਣੇ ਖੜੇ ਹੋ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਦੀ ਸੋਚ ਨੂੰ ਸਮਝਣ ਵਾਲੇ ਹੋ, ਸਮਝਦਾਰ ਹੋ, ਪਰ ਇੱਥੇ ਜੇ ਕੋਈ ਹੋਰ ਲੀਡਰ ਆਇਆ ਹੁੰਦਾ ਤਾਂ ਉੱਥੇ ਤਿਕਰ ਦੇ ਫਿਰ ਪੈਰਾਂ 'ਚ ਬਿਸਲੇ ਤੁਰੇ ਫਿਰਦੇ ਹੁੰਦੇ। ਤੁਸੀਂ ਅਣਖੀ ਹੋ, ਤੁਹਾਡੇ ਵਿੱਚ ਅਣਖ ਹੈ, ਪਰ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਕੇ ਜਾਵਾਂ ਕਿ ਤੁਸੀਂ ਕੀ ਕਰਨਾ ਕਿ ਸਾਡਾ ਕੀ ਫਰਜ਼ ਹੈ। ਮੈਨੂੰ ਸੋਸ਼ਲ ਮੀਡੀਆ ਦੇ ਲੋਕ ਜਾਣਦੇ ਨੇਗੇ ਮੈਂ ਕੀ ਆ, ਮੈਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਬਾਰੇ ਦੱਸ ਸਕਦਾ, ਮੈਂ ਉਹਨਾਂ ਦੀ ਸੋਚ ਬਾਰੇ ਦੱਸ ਸਕਦਾ, ਪਰ ਤੁਹਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਜਿਹੜੇ ਆਹ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਸੀ ਲੱਗੇ ਫਿਰਦੇ ਨਾ ਇਹਨਾਂ ਦੇ ਪਿੱਛੇ, ਉਹ ਪਿੰਡ ਵਾਲੇ ਘੜਮ ਚੌਧਰੀ ਨੂੰ ਜ਼ਰੂਰ ਸਮਝਾ ਲਿਓ ਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਦੀ ਸੋਚ ਬਾਰੇ ਜ਼ਰੂਰ ਦੱਸ ਦਿਓ। ਇਹਨਾਂ ਨੂੰ ਬਹਿਸ ਕੇ ਸਮਝਾਉਣਾ ਪੈਣਾ, ਇਹਨਾਂ ਨੂੰ ਪਿਆਰ ਨਾਲ ਸਮਝਾਓ, ਚਾਹੇ ਇਹਨਾਂ ਨੂੰ ਡੰਡੇ ਨਾਲ ਸਮਝਾਓ ਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਦੀ ਸੋਚ ਆ ਹੈ। ਇਹਨਾਂ ਨੂੰ ਤੁਸੀਂ ਸਮਝਾ ਸਕਦੇ ਹੋ, ਤੁਸੀਂ ਇਕੱਲਾ ਇਕੱਲਾ ਜਾਣਾ ਸਰਦਾਰ ਸਿਮਰਜੀਤ ਸਿੰਘ ਜੀ ਦਾ ਮਾਨ ਸਾਹਿਬ ਦਾ ਪ੍ਰਚਾਰ ਕਰ ਸਕਦੇ ਹੋ, ਲੋਕਾਂ ਅੱਗੇ ਪ੍ਰਚਾਰ ਕਰ ਸਕਦੇ ਹੋ, ਲੋਕਾਂ ਅੱਗੇ ਦੱਸ ਸਕਦੇ ਹੋ, ਇਹ ਲੋਕਾਂ ਦੀਆਂ ਇਹਨਾਂ ਦੇ ਲੋਕਾਂ ਦੀਆਂ ਅਣਖਾਂ ਇਹਨਾਂ ਲੋਕਾਂ ਦੀਆਂ ਗੈਰਤਾਂ ਤੁਸੀਂ ਜਗਾ ਸਕਦੇ ਹੋ। ਇਸ ਕਰਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਇਆ ਕਿ ਜੇ ਤੁਸੀਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੂੰ ਹਲਕਾ ਅਮਰਗੜ੍ਹ ਤੋਂ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਹੋ ਤਾਂ ਤੁਹਾਨੂੰ ਤਾਂ ਸਭ ਨੂੰ ਪਤਾ ਹੀ ਆ ਆਪਣਾ ਕਿ ਇੱਕ ਪਾਸੇ ਗਿੱਦੜ ਦੀਆਂ ਡਾਰਾਂ ਖੜੀਆਂ ਹੋਣਗੀਆਂ, ਇੱਕ ਪਾਸੇ ਸਾਡਾ ਇੱਕੋ ਇੱਕ ਸੂਰਬੀਰ, ਇੱਕੋ ਇੱਕ ਸਾਡਾ ਯੋਧਾ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਇੱਕ ਪਾਸੇ ਖੜਾ ਹੋਊ ਤੇ 116, 17, 15 ਇੱਕ ਪਾਸੇ ਖੜੇ ਹੋਣਗੇ। ਮੈਨੂੰ ਉਮੀਦ ਆ ਕਿ ਇੱਕ ਤਾਂ ਮੈਂ ਲੱਖੇ ਸਿਧਾਣੇ ਤੇ ਜ਼ੋਰ ਲਾਇਆ ਹੋਇਆ, ਦੂਜਾ ਮੈਨੂੰ ਇਹ ਆ ਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜਿੱਤ ਜਾਣ। ਜੇ ਮੈਂ ਕਹਿਣਾ ਵੀ 1-2 MLA ਹੀ ਜਿੱਤ ਕੇ ਵਾਗੇ ਤਾਂ 115 ਨੂੰ ਮੂਹਰੇ ਲਾ ਸਕਦੇ ਨੇ, 115 ਨੂੰ ਮੂਹਰੇ ਲਾ ਸਕਦੇ ਨੇ ਜੇ 2 ਹੀ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਜਾਂਦੇ ਨੇਗੇ।